ਮੌਤ ਦੀ ਸਜ਼ਾ ਦਿਓ, ਸਜ਼ਾ ਦਿਓ, ਸਜ਼ਾ ਦਿਓ। ਦੌਲਤਾਂ ਡਿਊਟੀ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਦੌਲਤਾਂ ਡਿਊਟੀ ਜਿੰਦਾਬਾਦ। ਜੋ ਸਾਰੇ ਸਹਿਯੋਗੀ ਸਟਾਫ ਮੈਂਬਰਸ ਨੇ, ਸੋ ਅਸੀਂ ਜੋ ਇਹ ਰੋਸ ਮਾਰਚ ਕਰਕੇ ਆਏ ਹਾਂ, ਜੋ ਕਲਕੱਤਾ ਦੇ ਵਿੱਚ ਇਹ ਜੋ ਬਹੁਤ ਘਿਨਾਉਣੀ ਘਟਨਾ ਵਾਪਰੀ ਹੈ, ਔਰ ਇਸ ਦੇ ਪਾਸੇ ਜਿਵੇਂ ਸਾਨੂੰ ਲੱਗਦਾ ਹੌਲੀ ਹੌਲੀ ਜੋ ਮੀਡੀਆ ਦੇ ਵਿੱਚ ਗੱਲਾਂ ਆ ਰਹੀਆਂ ਨੇ, ਤੇ ਕਿਤੇ ਨਾ ਕਿਤੇ ਇਹਦੇ ਵਿੱਚ ਰਾਜਸੀ ਸਾਜਿਸ਼ ਹੈਗੀ ਆ। ਔਰ ਵਿਚਲੇ ਬੰਦੇ ਜਿਹੜੇ ਆ ਉਹ ਵੀ ਮਿਲੇ ਹੋਏ ਆ। ਸੋ ਜੋ ਇਹਨਾਂ ਨੇ ਐਡੀ ਘਿਨਾਉਣੀ ਹਰਕਤ ਕੀਤੀ, ਇਹ ਕੋਈ ਘਟਨਾ ਅਚਾਨਕ ਨਹੀਂ ਹੋਈ, ਇਹ ਬੜੇ ਪਲੈਨਡ ਤਰੀਕੇ ਦੇ ਨਾਲ ਸਰੀਰਕ ਸ਼ੋਸ਼ਣ ਹੋਇਆ ਔਰ ਉਸ ਕੁੜੀ ਦੀ ਹੱਤਿਆ ਕੀਤੀ ਗਈ, ਉਸ ਡਾਕਟਰ ਦੀ ਹੱਤਿਆ ਕੀਤੀ ਗਈ, ਉਸ ਭਾਰਤ ਦੀ ਬੇਟੀ ਦੀ ਹੱਤਿਆ ਕੀਤੀ ਗਈ। ਔਰ ਜੋ ਹੱਤਿਆ ਕੀਤੀ ਗਈ ਵੱਖਰੀ ਗੱਲ, ਜੋ ਉਹਦੇ ਤੋਂ ਬਾਅਦ ਆਪ ਸਭ ਨੂੰ ਪਤਾ ਵੀ ਜਿਹੜੇ ਵੀ ਕਿਸੇ ਤਰ੍ਹਾਂ ਦੇ ਕੋਈ ਪ੍ਰੂਫ ਸੀਗੇ ਉਹ ਮਿਟਾਉਣ ਦੀ ਇੱਕ ਬਹੁਤ ਵੱਡੀ ਸਾਜਿਸ਼ ਕੀਤੀ ਗਈ। ਸੋ ਉਹ ਕੋਈ ਆਮ ਵਿਅਕਤੀ ਨਹੀਂ ਕਰ ਸਕਦਾ, ਇਹਦੇ ਪਿੱਛੇ ਬਹੁਤ ਵੱਡੀ ਉਹ ਰਾਜਸੀ ਤਾਕਤ ਹੈ। ਸੋ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਭਈ ਅਸੀਂ ਕਦੇ ਆਪਣੀ ਤਾਕਤ ਦਿਖਾਉਣ ਦੀ ਜ਼ਰੂਰਤ ਕੀਤੀ ਨਹੀਂ, ਪਰ ਜੇ ਮੈਂ ਕਹਿੰਦਾ ਭਈ ਡਾਕਟਰ ਤਾਕਤ ਦਿਖਾਉਣੀ ਚਾਹੁੰਦੇ ਹੋਣ ਨਾ, ਸਿਰਫ 2 ਦਿਨ ਸਾਰਾ ਕੁਛ ਬੰਦ ਕਰ ਦਿਓ, ਸਭ ਕੁਛ ਹੈ। ਹੁਣ ਅਸੀਂ OPD ਬੰਦ ਕੀਤੀ ਹੈ, ਸਿਰਫ ਜਿਹੜੀਆਂ ਗੈਰ ਐਮਰਜੈਂਸੀ ਸਰਵਿਸਿਜ਼ ਆ ਉਹ ਬੰਦ ਕੀਤੀਆਂ। ਮੈਂ ਅਪੀਲ ਕਰੂੰਗਾ ਭਈ ਜੇ ਅਜੇ ਵੀ ਕੰਨ ਤੇ ਜੂਨੀ ਸਰਕਦੀ ਐਡਮਿਨਿਸਟ੍ਰੇਸ਼ਨ ਤੇ ਦੋਸ਼ੀਆਂ ਨੂੰ ਨਹੀਂ ਉਹ ਫਾਹੇ ਲਾਉਂਦੇ, ਨਹੀਂ ਉਹਨਾਂ ਤੇ ਦੋਸ਼ ਪਾਉਂਦੇ, ਨਹੀਂ ਉਹਨਾਂ ਦੀ ਅਰੈਸਟ ਪਾਉਂਦੇ, ਤਾਂ ਮੇਰਾ ਖਿਆਲ ਆ ਭਈ ਆ ਜਿਹੜਾ ਮੌਕਾ ਆ ਸਾਰਿਆਂ ਨੂੰ ਇਕੱਠੇ ਹੋਣ ਦਾ, ਸਿਰਫ 2 ਦਿਨ ਲਈ ਭਾਰਤ ਬੰਦ ਕਰ ਦਈਏ। ਮੈਂ ਕਿਹਾ ਕਿਤੇ ਲਕੀਰਾਂ ਨਿਕਲ ਜਾਊ ਸਾਰਿਆਂ ਦੀਆਂ, ਪਰ ਉਹਦੇ ਵਾਸਤੇ ਸਾਡੀ ਸਾਰਿਆਂ ਦੀ ਯੂਨਿਟੀ ਹੋਣੀ ਬਹੁਤ ਜ਼ਰੂਰੀ ਹੈ। ਜਿਵੇਂ ਤੁਹਾਨੂੰ ਸਭ ਨੂੰ ਪਤਾ ਕਿ ਜਿਹੜੀ ਕਲਕੱਤਾ ਦੇ ਵਿੱਚ ਬਹੁਤ ਹੀ ਮੰਦਭਾਗੀ ਜਿਹੜੀ ਘਟਨਾ ਹੋਈ ਹੈ, ਇੱਕ ਡਾਕਟਰ ਸਾਡੀ ਡਾਕਟਰ ਜਿਸ ਨੂੰ ਬਹੁਤ ਹੀ ਘਿਨਾਉਣੇ ਤਰੀਕੇ ਦੇ ਨਾਲ ਉਸ ਦੇ ਨਾਲ ਬਦਤਮੀਜ਼ੀ ਕੀਤੀ ਗਈ, ਉਸਦਾ ਰੇਪ ਕੀਤਾ ਗਿਆ, ਉਸ ਤੋਂ ਬਾਅਦ ਬਹੁਤ ਹੀ ਘਿਨਾਉਣੇ ਤਰੀਕੇ ਨਾਲ ਉਹਦੀ ਮੌਤ ਕਰ ਦਿੱਤੀ ਗਈ, ਉਹਦਾ ਮਰਡਰ ਕੀਤਾ ਗਿਆ। ਉਸ ਦੇ ਸੰਬੰਧ 'ਚ ਆਲ ਓਵਰ ਇੰਡੀਆ, ਇੰਡੀਆ ਹੀ ਨਹੀਂ ਈਵਨ ਵਰਲਡ ਮੈਡੀਕਲ ਐਸੋਸੀਏਸ਼ਨ ਦੇ ਜਿਹੜੇ ਵੀ ਕੰਟਰੀਜ਼ ਹੈਗੇ ਨੇ ਜਿਵੇਂ ਪਾਕਿਸਤਾਨ, ਲੰਡਨ, ਸਾਰੇ ਥਾਈਂ ਅੱਜ ਇਹ ਅਫਸੋਸ ਜ਼ਾਹਰ ਕੀਤਾ ਜਾ ਰਿਹਾ ਕਿ ਸਾਡੇ ਜਿਹੜੇ ਇੱਕ ਡਾਕਟਰ, ਇਹ ਘਟਨਾਵਾਂ ਤਾਂ ਅਕਸਰ ਹੁੰਦੀਆਂ ਰਹਿੰਦੀਆਂ ਨੇ, ਪਰ ਅੱਜ ਜਿਹੜੀ ਇਹ ਘਟਨਾ ਦੇ ਸੰਬੰਧ 'ਚ ਅਸੀਂ ਇਕੱਠੇ ਹੋਏ ਹਾਂ, ਇੰਨੀ ਘਿਨਾਉਣੀ ਘਟਨਾ, ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਅੱਗੇ ਤੋਂ ਇਹ ਕਦੀ ਨਾ ਹੋਵੇ। ਇਸ ਸੰਬੰਧ ਦੇ ਵਿੱਚ ਅਸੀਂ ਇਹ ਪ੍ਰੋਟੈਸਟ ਕੀਤਾ
ਕਿ ਸਰਕਾਰ ਨੂੰ ਇਹ ਜਗਾਉਣ ਲਈ ਕਿ ਅਸੀਂ ਪਤਾ ਨਹੀਂ ਕਿੰਨੇ ਸਾਲਾਂ ਤੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਾਂ ਸਾਡੀਆਂ ਹੋਰ ਵੀ ਸਿਸਟਰ ਔਰਗਨਾਈਜੇਸ਼ਨਸ ਹੈਗੀਆਂ ਨੇ, ਉਹ ਕਿੰਨੇ ਸਾਲਾਂ ਤੋਂ ਇਹ ਮੰਗ ਕਰ ਰਹੇ ਨੇ ਕਿ ਸਾਡੇ ਹੋਸਪਿਟਲਸ ਦੇ ਏਰੀਆ ਨੂੰ, ਚਾਹੇ ਉਹ ਸਰਕਾਰੀ ਹੈ ਚਾਹੇ ਪ੍ਰਾਈਵੇਟ ਨੇ, ਉਹਨਾਂ ਨੂੰ ਸੇਫਰ ਜ਼ੋਨ, ਸੁਰੱਖਿਅਤ ਜ਼ੋਨ ਡਿਕਲੇਅਰ ਕੀਤਾ ਜਾਵੇ ਅਤੇ ਉੱਥੇ ਸਿਕਿਉਰਿਟੀ ਦਾ ਅਰੇਂਜਮੈਂਟ ਕੀਤਾ ਜਾਵੇ। ਬਟ ਕਦੀ ਵੀ ਪਿਛਲੇ ਸੈਸ਼ਨ ਦੇ ਵਿੱਚ ਸਾਡੀ ਹੈਲਥ ਮਿਨਿਸਟਰੀ ਨੇ ਇਹ ਪਾ ਕੇ ਵੀ ਦੇ ਦਿੱਤਾ, ਇਹ ਡਰਾਫਟ ਬਣਾ ਕੇ ਦੇ ਦਿੱਤਾ, ਪਰ ਹੋਮ ਮਿਨਿਸਟਰ ਸਾਹਿਬ ਨੇ ਪਾਰਲੀਮੈਂਟ ਦੇ ਵਿੱਚ ਮਨਾ ਕਰ ਦਿੱਤਾ ਕਿ ਕਿਸੇ ਇੱਕ ਪ੍ਰੋਫੈਸ਼ਨ ਨੂੰ ਅਸੀਂ ਇਹ ਨਹੀਂ ਦੇ ਸਕਦੇ, ਅਸੀਂ ਕਿਸੇ ਨੂੰ ਇੱਕ ਪ੍ਰੋਫੈਸ਼ਨ ਨੂੰ ਇਮਿਊਨਿਟੀ ਨਹੀਂ ਦੇ ਸਕਦੇ। ਅਸੀਂ ਨਹੀਂ ਕਹਿੰਦੇ ਕਿ ਸਾਨੂੰ ਇਕੱਲਿਆਂ ਨੂੰ ਦਿਓ, ਸਭ ਨੂੰ ਦਿਓ, ਆਈਟੀ ਸੈਕਟਰ ਨੂੰ ਦਿਓ, ਸਾਰਿਆਂ ਨੂੰ ਦਿਓ, ਵਕੀਲਾਂ ਨੂੰ ਦਿਓ, ਬਟ ਇਹ ਸਾਡਾ ਸਭ ਦਾ ਹੱਕ ਵੀ ਆ ਅਤੇ ਸਰਕਾਰ ਦੀ ਇਹ ਡਿਊਟੀ ਵੀ ਆ। ਪਰ ਇਹ ਸਰਕਾਰਾਂ ਸ਼ਾਇਦ ਇਹੋ ਜਿਹੀਆਂ ਹਰਕਤਾਂ ਦੇਖ ਕੇ ਇਹਨਾਂ ਨੂੰ ਆਪਣੀ ਪੋਲੀਟਿਕਸ ਜਮਾਉਣ ਦਾ ਤਰੀਕਾ ਮਿਲ ਜਾਂਦਾ, ਪੋਲੀਟਿਕਸ ਜਮਾਉਣ ਦਾ ਮੌਕਾ ਮਿਲ ਜਾਂਦਾ, ਅਤੇ ਉਹਦੇ ਨਾਲ ਹੁੰਦਾ ਕੀ ਹੈ ਕਿ ਸਾਡਾ ਪ੍ਰੋਫੈਸ਼ਨ ਦਾ ਤਾਂ ਨੁਕਸਾਨ ਹੁੰਦਾ ਅਤੇ ਅਲਟੀਮੇਟਲੀ ਸੁਸਾਇਟੀ ਦਾ ਹੀ ਨੁਕਸਾਨ ਹੁੰਦਾ। ਮੈਂ ਅੱਜ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਪੂਰੀ ਸੁਸਾਇਟੀ ਨੂੰ ਜਿੱਥੇ ਰਿਕੁਐਸਟ ਵੀ ਕਰਨਾ ਚਾਹੁੰਦਾ, ਉੱਥੇ ਮੈਂ ਇਹ ਇਹਨਾਂ ਨੂੰ ਸੁਚੇਤ ਵੀ ਕਰਨਾ ਚਾਹੁੰਦਾ ਕਿ ਤੁਹਾਡੀਆਂ ਇਹ ਹਰਕਤਾਂ, ਭਾਵੇਂ 95% ਸੁਸਾਇਟੀ ਬਹੁਤ ਸਹੀ ਆ, ਬਟ ਜਿਹੜੇ ਇਹੋ ਜਿਹੇ ਗੰਦੇ ਆਂਸਰ ਨੇ ਉਹਨਾਂ ਨੂੰ ਸ਼ਹਿ ਦੇਣੀ ਬੰਦ ਕਰੋ, ਸੁਸਾਇਟੀ ਵੀ ਬੰਦ ਕਰੇ, ਪੋਲੀਟੀਸ਼ੀਅਨਸ ਵੀ ਬੰਦ ਕਰਨ ਅਤੇ ਐਡਮਿਨਿਸਟ੍ਰੇਸ਼ਨ ਵੀ ਬੰਦ ਕਰੇ, ਜਿਵੇਂ ਕਿ ਉਹ ਤੁਸੀਂ ਹੁਣ ਵੀ ਦੇਖ ਰਹੇ ਹਾਂ ਕਿ ਇਹਦੇ ਵਿੱਚ ਵੀ ਪੋਲੀਟਿਕਸ ਹੋ ਰਹੀ ਆ। ਸਾਡੇ ਬੱਚੇ ਜਿਹੜੇ ਸਟੂਡੈਂਟਸ ਨੇ, ਜਿਹੜੇ ਬਡਿੰਗ ਡਾਕਟਰਸ ਨੇ, ਉਹਨਾਂ ਦੇ ਵਿੱਚ ਇੱਕ ਖੌਫ ਪੈਦਾ ਹੋ ਗਿਆ ਕਿ ਸਾਡੀਆਂ ਲੜਕੀਆਂ ਸ਼ਾਮ ਨੂੰ, ਪਹਿਲਾਂ ਤਾਂ ਇਹੀ ਹੁੰਦਾ ਸੀ ਇਨ ਜਨਰਲ ਜਿਹੜੀਆਂ ਕੁੜੀਆਂ ਡਿਊਟੀ ਕਰਨ ਜਾਂਦੀਆਂ ਨੇ ਰਾਤ ਨੂੰ ਲੋਕਾਂ ਦੀ ਜਾਨ ਬਚਾਉਣ ਜਾਂਦੀਆਂ ਨੇ, ਜੇ ਉਹੀ ਸੇਫ ਨਹੀਂ ਹੈਗੀਆਂ ਤਾਂ ਮੈਂ ਕਹਿੰਦਾ ਕਿ ਸਾਡੇ ਲਈ ਇਹ, ਸਾਡੀ ਸੁਸਾਇਟੀ ਲਈ, ਸਾਡੀ ਐਡਮਿਨਿਸਟ੍ਰੇਸ਼ਨ ਲਈ, ਸਾਡੀ ਸਰਕਾਰਾਂ ਲਈ ਇਹ ਲਾਹਣਤ ਵਾਲੀ ਗੱਲ ਹੈ। ਪਰ ਮੈਂ ਇੱਥੇ ਇਹ ਵੀ ਗੱਲ ਕਹਿਣੀ ਚਾਹੁੰਦਾ, ਚਾਹੇ ਮਤਲਬ ਸਾਡੀ IMA ਨੂੰ ਕੁਛ ਵੀ ਇਹ ਕਹਿਣ, ਜਿਵੇਂ ਕਿ ਕੋਵਿਡ ਦੇ ਦੌਰਾਨ ਸਾਡੀਆਂ ਲੇਡੀ ਡਾਕਟਰਸ, ਸਾਡੇ ਡਾਕਟਰਸ, ਸਾਡੇ ਪੈਰਾਮੈਡੀਕਲ ਸਟਾਫ, ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ, ਆਪਣੇ ਬੱਚਿਆਂ ਦੀ ਪਰਵਾਹ, ਆਪਣੀ ਫੈਮਿਲੀ ਦੀ ਪਰਵਾਹ ਨਾ ਕਰਦੇ ਹੋਏ ਇਹਨਾਂ ਨੂੰ ਬਚਾਉਣ ਲਈ, ਸੁਸਾਇਟੀ ਨੂੰ ਬਚਾਉਣ ਲਈ ਆਪਣੀਆਂ ਜਾਨਾਂ 'ਤੇ ਖੇਡੇ ਨੇ, ਆਪਣੇ ਸਾਰੇ ਸੁੱਖ ਸਹੂਲਤਾਂ ਛੱਡ ਕੇ ਸੁਸਾਇਟੀ ਦੀ ਜਾਨਾਂ ਲਈ ਖੇਡੇ ਨੇ, ਉੱਥੇ ਫਿਰ ਵੀ ਕੋਵਿਡ ਦੇ ਦੌਰਾਨ ਵੀ ਕਿੰਨੀ ਇਹ ਸ਼ਰਮ ਦੀ ਗੱਲ ਹੈ ਕਿ ਬੰਬੇ ਦੇ ਵਿੱਚ ਜਾਂ ਹੋਰ ਸ਼ਹਿਰਾਂ ਦੇ ਵਿੱਚ ਸਾਡੀਆਂ ਲੇਡੀ ਡਾਕਟਰਸ ਦੇ ਨਾਲ ਮਿਸਬਿਹੇਵ ਕੀਤਾ ਗਿਆ, ICU ਭੰਨੇ ਗਏ। ਪਰ ਜਿਸ ਗੱਲ 'ਤੇ ਮੈਂ ਆਉਣਾ ਚਾਹੁੰਦਾ ਕਿ ਜਦੋਂ ਉਹ ਕੇਸ ਕੋਰਟ ਦੇ ਵਿੱਚ ਗਿਆ ਤਾਂ ਸਾਡੇ ਮਾਣਯੋਗ ਜਿਨ੍ਹਾਂ ਨੂੰ ਕਹਿੰਦੇ ਆ ਜੱਜ ਸਾਹਿਬਾਨ, ਉਹਨਾਂ ਨੇ ਕਿਹਾ ਕਿ ਡਾਕਟਰ ਨੂੰ ਅਗਰ ਇੰਨਾ ਹੀ ਡਰ ਲੱਗਦਾ ਤਾਂ ਇਹ ਪ੍ਰੋਫੈਸ਼ਨ ਛੱਡ ਦੇਣ। ਇਸ ਤੋਂ ਬਾਅਦ ਅਸੀਂ ਹੋਰ ਕੀ ਕਹਿ ਸਕਦੇ ਹਾਂ? ਇਸ ਤੋਂ ਬਾਅਦ ਘਿਨਾਉਣੀ ਇਹ ਤੋਂ ਹਰਕਤ ਜਾਂ ਇਹ ਤੋਂ ਘਟੀਆ ਕਮੈਂਟ ਇੱਕ ਮਾਣਯੋਗ ਜੱਜ ਵੱਲੋਂ ਕੀ ਹੋ ਸਕਦਾ? ਸੋ ਅਸੀਂ ਅੱਜ ਇਹ ਪ੍ਰੋਟੈਸਟ ਸਿਰਫ ਪ੍ਰੋਟੈਸਟ ਹੀ ਨਹੀਂ, ਸਾਡਾ ਇੱਕ ਸਟੈਂਡ ਹੈ ਆਉਣ ਵਾਲੇ ਸਮੇਂ ਲਈ ਕਿ ਉਸ ਕੁੜੀ ਨੇ ਜਿਹੜੀ ਦੀ ਕੁਰਬਾਨੀ ਇਹ ਹੋਈ ਆ ਉਹਦੇ ਲਈ ਅਸੀਂ ਸ਼ਰਮ ਵੀ ਮਹਿਸੂਸ ਕਰਦੇ ਹਾਂ ਕਿ ਅਸੀਂ ਉਹਨੂੰ ਬਚਾ ਨਹੀਂ ਸਕੇ, ਔਰ ਉਹਦੇ ਕੁਲੀਗ ਹੋਣ ਦੇ ਨਾਤੇ, ਉਹਦੇ ਸੀਨੀਅਰ ਜੂਨੀਅਰ ਹੋਣ ਦੇ ਨਾਤੇ ਕਿ ਅੱਗੇ ਤੋਂ ਸਾਡੀਆਂ ਸਪੈਸ਼ਲੀ ਲੇਡੀ ਡਾਕਟਰਸ ਜਾਂ ਬਡਿੰਗ ਡਾਕਟਰਸ ਉਹਨਾਂ ਨਾਲ ਇਹੋ ਜਿਹਾ ਕੁਛ ਨਾ ਹੋਵੇ। ਉਸ ਦੇ ਲਈ ਸਾਡਾ ਇਹ ਉਪਰਾਲਾ ਇੱਕ ਸਰਕਾਰ ਸਾਹਮਣੇ ਵੀ, ਐਡਮਿਨਿਸਟ੍ਰੇਸ਼ਨ ਸਾਹਮਣੇ ਵੀ, ਪੁਲਿਸ ਸਾਹਮਣੇ ਅਤੇ
ਓਵਰਆਲ ਸੁਸਾਇਟੀ ਦੇ ਸਾਹਮਣੇ ਕਿ ਇਹ ਹਰਕਤਾਂ ਬੰਦ ਹੋਣ, ਨਹੀਂ ਤਾਂ ਤੁਹਾਡਾ ਹੀ ਨੁਕਸਾਨ ਹੈ। ਲੜਕੀਆਂ ਅਗਰ ਅਸੀਂ ਨਾ ਭੇਜੀਏ ਕਿ ਰਾਤ ਨੂੰ ਤੁਸੀਂ ਬਈ ਡਿਊਟੀ 'ਤੇ ਨਹੀਂ ਜਾਣਾ, 50% ਡਾਕਟਰ ਘੱਟ ਜਾਣਗੇ। ਅੱਜ ਦੀ ਡੇਟ 'ਚ 80% ਡਾਕਟਰ ਜਿਹੜੇ ਬਣਦੇ ਨੇ ਉਹ ਲੜਕੀਆਂ ਨੇ, ਬਾਕੀ ਦੇ ਲੜਕੇ ਨੇ। ਅਤੇ ਜੇ ਸਾਡੀਆਂ ਲੜਕੀਆਂ ਹੀ ਨਹੀਂ ਸੇਫ ਹੋਣਗੀਆਂ, ਸਾਡੀਆਂ ਡਾਕਟਰਸ ਨਹੀਂ ਸੇਫ ਹੋਣਗੀਆਂ, ਤਾਂ ਇਹ ਸੁਸਾਇਟੀ ਆਪਣੇ ਆਪ ਹੀ ਅੰਦਾਜ਼ਾ ਲਗਾ ਲਵੇ ਕਿ ਜੇ ਉਹਨਾਂ ਨੂੰ ਬਚਾਉਣ ਵਾਲੇ ਡਾਕਟਰ ਨਹੀਂ ਹੋਣਗੇ ਤਾਂ ਆਪ ਇਹ ਫਿਰ ਕੀ ਕਰਨਗੇ। ਬਾਅਦ 'ਚ ਇਹ ਕਹਿ ਦਿੰਦੇ ਨੇ ਡਾਕਟਰ ਰੌਲਾ ਪਾਉਂਦੇ ਨੇ, ਡਾਕਟਰ ਅਸੀਂ ਕੋਈ ਪੇ ਨਹੀਂ ਮੰਗਦੇ, ਅਸੀਂ ਕੁਛ ਨਹੀਂ ਮੰਗਦੇ, ਅਸੀਂ ਆਪਣੇ ਲਈ ਕਾਰਾਂ ਗੱਡੀਆਂ ਨਹੀਂ ਮੰਗਦੇ, ਜਿਹੜੇ ਕਿ ਆਪ ਇਹ ਅਫਸਰ ਵੀ ਅਤੇ ਪੋਲੀਟੀਸ਼ੀਅਨ ਵੀ ਲਈ ਫਿਰਦੇ ਨੇ, ਅਸੀਂ ਕੁਛ ਨਹੀਂ ਮੰਗਦੇ, ਅਸੀਂ ਸਿਰਫ ਆਪਣੀ ਸੁਸਾਇਟੀ, ਆਪਣੀ ਸੁਰੱਖਿਆ ਲਈ, ਆਪਣੀ ਸਿਕਿਉਰਿਟੀ ਲਈ ਇਹਨਾਂ ਤੋਂ ਮੰਗ ਕਰਦੇ ਕਿ ਸਾਨੂੰ ਡਿਊਟੀ ਕਰਨ ਦਿਓ, ਸਾਨੂੰ ਕੰਮ ਕਰਨ ਦਿਓ, ਸਾਨੂੰ ਮਰੀਜ਼ਾਂ ਨੂੰ ਬਚਾਉਣ ਦਿਓ। ਬਟ ਉਹ ਵੀ ਇਹ ਸਾਨੂੰ ਨਹੀਂ ਦੇ ਰਿਹਾ ਜਿਹਦੇ ਖਿਲਾਫ਼ ਅੱਜ ਇਹ ਪ੍ਰੋਟੈਸਟ ਹੈ। ਸਭ ਨੂੰ ਪਤਾ ਸੀ ਕਿ 9 ਅਗਸਤ ਨੂੰ ਜੋ ਸਾਡੇ ਮੈਡੀਕਲ ਸਟੂਡੈਂਟ ਟੈਕਨੀਕਲ ਸੀ ਡਿਊਟੀ ਕਰ ਰਹੇ ਸੀ, 36 ਘੰਟੇ ਡਿਊਟੀ ਕਰਨ ਤੋਂ ਬਾਅਦ ਜਦੋਂ ਆਪਣੇ ਨਾਲ ਦੇ ਵਾਰਡ 'ਚ ਸੈਮੀਨਾਰ ਰੂਮ ਵਿੱਚ ਰੈਸਟ ਕਰਨ ਗਈ ਤਾਂ ਉੱਥੇ ਉਸ ਨਾਲ ਦਰਿੰਦਗੀ ਨਾਲ ਬਲਾਤਕਾਰ ਕੀਤਾ ਗਿਆ, ਅਤੇ ਬਲਾਤਕਾਰ ਕਰਨ ਤੋਂ ਬਾਅਦ ਜਿਹੜਾ ਬੇਰਹਿਮੀ ਨਾਲ ਇਨਸਾਨੀਅਤ ਦੇ ਸਾਰੀਆਂ ਹੱਕਾਂ ਪਾਰ ਕਰਦੇ ਹੋਏ ਉਹਦਾ ਕਤਲ ਕਰ ਦਿੱਤਾ ਗਿਆ। ਉਹ ਕਤਲ ਨਾਲ ਸਾਰਾ ਦੇਸ਼ 'ਚ ਜੋੜਿਆ ਗਿਆ। ਸਭ ਤੋਂ ਪਹਿਲਾਂ ਕਾਲਜ ਨੇ, ਐਡਮਿਨਿਸਟ੍ਰੇਸ਼ਨ ਨੇ ਉਹਨੂੰ ਇੱਕ ਆਤਮ ਹੱਤਿਆ ਦਾ ਕੇਸ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਆਲੇ ਦੁਆਲੇ ਸਟਾਫ ਨਾਲ, ਡਾਕਟਰਾਂ ਨਾਲ ਗੱਲਬਾਤ ਕਰਨ ਤੋਂ ਹੋਰ ਸਬੂਤ ਮਿਲਣ 'ਤੇ ਪਤਾ ਲੱਗਾ ਤਾਂ ਉਹਨਾਂ ਨੇ ਇਹਦੀ FIR ਦਰਜ ਕੀਤੀ। FIR ਦਰਜ ਕਰਨ ਤੋਂ ਬਾਅਦ ਮਾਨਯੋਗ ਹਾਈ ਕੋਰਟ ਨੇ ਇਹਨਾਂ ਦੀ ਇਨਕੁਆਇਰੀ CBI ਨੂੰ ਮਾਰਕ ਕਰਤੀ। CBI ਨੂੰ ਮਾਰਕ ਕਰਨ ਤੋਂ ਬਾਅਦ ਜਦੋਂ ਮੈਡੀਕਲ ਸਟੂਡੈਂਟ ਧਰਨੇ 'ਤੇ ਬੈਠੇ ਸੀ, ਉੱਥੋਂ ਦੇ ਗੁੰਡੇ ਲੋਕ ਜੋ ਹਜ਼ਾਰਾਂ ਦੀ ਗਿਣਤੀ 'ਚ ਆਏ, ਉਹਨਾਂ ਨੇ ਹਸਪਤਾਲ 'ਤੇ ਹਮਲਾ ਕਰ ਦਿੱਤਾ। ਹਸਪਤਾਲ ਵਿੱਚ ਸਾਰੀਆਂ ਸਬੂਤ ਨਸ਼ਟ ਕਰਨ ਲਈ ਉਹਨਾਂ ਨੇ ਜੋ ਵੀ ਸੈਕਸ਼ਨ ਸੀ ਉਹਨਾਂ ਨੂੰ ਨਸ਼ਟ ਕੀਤਾ ਅਤੇ ਭੰਗ ਤੋੜ ਕੀਤੀ। ਉਹਨਾਂ ਮੁਲਕ ਤਾਂ ਉਸ ਵੇਲੇ ਪੁਲਿਸ ਵਾਲੇ ਵੀ ਭੱਜਦੇ ਆਪਣੀ ਜਾਨ ਬਚਾਉਂਦੇ ਦਿਸੇ, ਅਤੇ ਮੈਡੀਕਲ ਕਾਲਜ ਦੇ ਸਟੂਡੈਂਟ ਤੱਕ ਵੀ ਸਭ ਲੁੱਕ ਗਏ, ਸਭ ਭੱਜ ਗਏ, ਜੋ ਕਿ ਸਾਰੇ ਦੇਸ਼ ਵਿੱਚ ਬਹੁਤ ਹੀ ਨਿੰਦਣੀ ਘਟਨਾ ਸੀ। ਇਸ ਘਟਨਾ ਦੀ ਜਿੰਨੀ ਵੀ ਖੇਤੀ ਨਿੰਦਾ ਕੀਤੀ ਜਾ ਸਕੇ ਥੋੜ੍ਹੀ ਆ। ਸੋ ਜਿਸ ਤਰ੍ਹਾਂ ਅਸੀਂ ਕਹਿੰਦੇ ਸੀ ਕਿ ਲੜਕੀਆਂ ਦੇਸ਼ ਦਾ ਧਨ ਹੁੰਦੀਆਂ, ਗਹਿਣਾ ਹੁੰਦੀਆਂ, ਪਰ ਇਹ ਗੱਲਾਂ ਸਭ ਸੋਚਦੇ ਹੋਏ ਸਾਡਾ ਆਪਣਾ ਸਿਰ ਸ਼ਰਮ ਨਾਲ ਝੁਕਦਾ ਕਿ ਸਾਡੇ ਸਮਾਜ 'ਚ ਕੀ ਹੋ ਰਿਹਾ। ਸੋ ਮੈਂ ਸ਼ਹਿਰ ਦੀਆਂ ਜਥੇਬੰਦੀਆਂ, ਸਮਾਜਿਕ, ਰਾਜਨੀਤਿਕ, ਧਾਰਮਿਕ ਜਥੇਬੰਦੀਆਂ ਨੂੰ ਵੀ ਬੇਨਤੀ ਕਰਦਾ ਕਿ ਉਹ ਸਾਡੇ ਨਾਲ ਇਸ ਦੁੱਖ ਦੀ ਘੜੀ 'ਚ ਖੜਨ, ਅਤੇ ਤਾਂ ਕਿ ਅਸੀਂ ਸਰਕਾਰ 'ਤੇ ਪ੍ਰੈਸ਼ਰ ਬਣਾ ਸਕੀਏ, ਦੋਸ਼ੀਆਂ ਨੂੰ ਫੜ ਕੇ ਉਹਨਾਂ ਸਭ ਤੋਂ ਸਖ਼ਤ ਸਜ਼ਾ ਦਿੱਤੀ ਜਾ ਸਕੇ। ਅੱਗੇ ਤੋਂ ਉਹ ਦੋਸ਼ੀ ਇਸ ਤਰ੍ਹਾਂ ਬੰਦ ਵਿਅਕਤੀ ਕੋਈ ਵੀ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਨਾ ਕਰੇ, ਤਾਂ ਹੀ ਅਸੀਂ ਆਪਣੀਆਂ ਲੜਕੀਆਂ ਨੂੰ, ਬੇਟੀਆਂ ਨੂੰ ਇਹਨਾਂ ਕਾਲਜਾਂ 'ਚ ਪੜ੍ਹਾਉਂਦੇ ਹਾਂ, ਬੇਫਿਕਰ ਹੋ ਕੇ ਪੜ੍ਹਾ ਸਕਦੇ ਹਾਂ, ਕੰਮਾਂ 'ਤੇ ਭੇਜ ਸਕਦੇ ਹਾਂ। ਸੋ ਮੈਂ IMA ਬੰਗਾ ਵੱਲੋਂ ਇੱਥੇ ਧਰਨੇ 'ਚ ਆਏ ਸਾਰੇ ਡਾਕਟਰ ਮੈਂਬਰ ਅਤੇ ਉਹਨਾਂ ਸਟਾਫ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਇਸ ਮੌਕੇ ਸਾਡੇ ਨਾਲ ਇਸ ਦੁੱਖੀ ਘੜੀ ਜਾ ਕੇ ਅਸੀਂ ਪ੍ਰੋਟੈਸਟ ਮਾਰਚ ਕੀਤਾ, ਅਤੇ ਇਸ ਦੀ ਅਸੀਂ ਪੁਰਜ਼ੋਰ ਮੰਗ ਕਰਦੇ ਹਾਂ
ਕਿ ਦੋਸ਼ੀਆਂ ਨੂੰ ਫੜ ਕੇ ਉਹਨਾਂ ਦੀ ਸਜ਼ਾ ਦਿੱਤੀ ਜਾਵੇ। ਅਤੇ ਸਰ ਜੀ, ਜਿਹੜਾ ਆਈ ਐੱਮ ਆਈ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਫੈਸਲਾ ਦਿੱਤਾ ਗਿਆ ਕਿ ਮੈਡੀਕਲ ਸੇਵਾ ਬੰਦ ਕੀਤੇ ਜਾਣ, ਇਹ ਕਿੰਨੇ ਟਾਈਮ ਲਈ ਤੁਸੀਂ ਕਰ ਰਹੇ? ਇਹ ਅੱਜ ਸਵੇਰੇ 6 ਵਜੇ ਤੋਂ ਲੈ ਕੇ ਕੱਲ੍ਹ 18 ਅਗਸਤ 6 ਵਜੇ ਤੱਕ ਸਾਰੀਆਂ ਮੈਡੀਕਲ ਸੇਵਾਵਾਂ ਬੰਦ ਕੀਤੀਆਂ ਗਈਆਂ ਹਨ। ਸਿਰਫ ਮੈਡੀਕਲ ਐਮਰਜੈਂਸੀ ਹੀ ਹਸਪਤਾਲ 'ਚ ਅਟੈਂਡ ਕੀਤੀ ਜਾਊਗੀ, ਹੋਰ ਕੋਈ ਪੇਸ਼ੈਂਟ ਮਰੀਜ਼ ਨਹੀਂ ਚੈੱਕ ਕੀਤਾ ਜਾਊਗਾ। ਇਹ ਸਾਰੇ ਦੇਸ਼ ਵਿੱਚ ਅੱਜ 24 ਘੰਟੇ ਸਟ੍ਰਾਈਕ ਹੈ, ਜਿਹਨੂੰ ਅਸੀਂ ਪੂਰਾ 100% ਸਫਲ ਬਣਾਉਣ ਲਈ ਕੰਮ ਕਰ ਰਹੇ ਹਾਂ।